ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਕਵਣ ਜੋਗ ਕਵਣ ਗਿਆਨ ਧਿਆਨ ਕਵਣ ਵਿਦ ਉਸਤਤ ਕਰੀਐ ਸਿੱਧ ਸਾਧਕ ਤੇਤੀ ਸਕੋਰ ਤਿਰ ਕੀ ਮਨ ਪਰੀਐ ਬ੍ਰਹਮਾਦਿਕ ਸੰਕਾਦ ਸ਼ੇਖ ਗੁਣ ਅੰਤ ਨਾ ਪਾਏ ਅਗਹੋ ਗਹਿਓ ਨਹੀਂ ਜਾਏ ਪੂਰ ਸਰਬ ਰਹਿਓ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੈ ਦਾਨ ਸੰਤ ਰੇਨ ਜਿਹ ਲਗ ਭੋਜਲ ਤਰਨਾ ਬਿਨਤ ਕਰੋ ਅਰਦਾਸ ਸੁਣਹੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ ਪਰਮ ਸਤਿਕਾਰ ਯੋਗ ਜੁਗੋ ਜੁਗ ਅਟਲ ਚਬਰ ਤਖਤ ਛਤਰ ਦੇ ਮਾਲਕ ਸਮੁੱਚੀ ਕਾਇਨਾਤ ਦੇ ਰਹਿਬਰ ਦੋ ਜਹਾਨ ਦੇ ਵਾਲੀ ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਝੁਕਾਈਏ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਬਖਸ਼ੀ ਫਤਿਹ ਗਜਾ ਕੇ ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਪ੍ਰੇਮ ਸਤਿਕਾਰ ਨਾਲ ਸਾਰੀ ਸੰਗਤ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਦਾਸ ਤੋਂ ਪਹਿਲਾਂ ਆਪ ਜੀ ਨੇ ਸਤਿਕਾਰਯੋਗ ਰਾਗ ਜਥੇ ਪਾਸੋਂ ਬੜੀ ਪਿਆਰੀ ਆਵਾਜ਼ ਵਿੱਚ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਹਰਜਾ ਸ਼੍ਰਵਣ ਕੀਤਾ ਹੈ ਆਓ ਕੁਝ ਕੁ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਗੁਰ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਵਿੱਚੋਂ ਜੋ ਜੋ ਕੁਝ ਪਾਤਸ਼ਾਹ ਜੀ ਨੇ ਆਪਾਂ ਨੂੰ ਸਮਝਾਇਆ ਉਹ ਆਪਾਂ ਸਮਝਣ ਦਾ ਯਤਨ ਕਰਨਾ ਹੈ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਸਿੱਖ ਲਈ ਗੁਰੂ ਵਰਗਾ ਹੋਰ ਕੋਈ ਨਹੀਂ ਜਿਹਦੇ ਉੱਤੇ ਪਰਮਾਤਮਾ ਦੀ ਅਪਾਰ ਬਖਸ਼ਿਸ਼ ਹੁੰਦੀ ਹੈ ਰਹਿਮਤ ਹੁੰਦੀ ਹੈ ਉਹ ਗੁਰੂ ਦੀ ਸੇਵਾ ਵਿੱਚ ਲੱਗਦਾ ਜੇ ਅਸੀਂ ਗੁਰੂ ਦੀ ਸੇਵਾ ਵਿੱਚ ਲੱਗੇ ਹੋਏ ਹਾਂ ਜੇ ਅਸੀਂ ਅਕਾਲ ਪੁਰਖ ਦੀ ਸੇਵਾ ਵਿੱਚ ਲੱਗੇ ਹੋਏ ਹਾਂ ਤਾਂ ਉਹਦਾ ਸ਼ੁਕਰ ਕਰੀਏ ਮਾਲਕ ਦਾ ਧੰਨਵਾਦ ਕਰੀਏ ਸਤਿਗੁਰੂ ਜੀ ਤੂੰ ਸਾਨੂੰ ਇੰਨੇ ਕੁ ਕਾਬਲ ਬਣਾਇਆ ਵੀ ਅਸੀਂ ਤੇਰੀ ਸੇਵਾ ਵਿੱਚ ਲੱਗੇ ਹਾਂ ਤੂੰ ਸਾਨੂੰ ਸੇਵਾ ਵਿੱਚ ਲਾਇਆ ਹੋਇਆ ਇਹ ਸਭ ਤੇਰੀ ਕਿਰਪਾ ਹੈ ਜਿਵੇਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਸੇਵਾ ਕਰਕੇ ਮਹਾਨ ਬਾਣੀ ਉਚਾਰਨ ਕਰਕੇ ਅਤੇ ਆਪਣੇ ਆਪ ਨੂੰ ਸ਼ਾਬਸ਼ ਨਹੀਂ ਦਿੱਤੀ
ਇਹ ਨਹੀਂ ਕਿਹਾ ਵੀ ਦੇਖੋ ਦੁਨੀਆ ਦੇ ਲੋਕੋ ਮੈਂ ਆਹ ਕੁਝ ਕਰਦਾ, ਸਗੋਂ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਬਚਨ ਉਚਾਰਨ ਕੀਤਾ, ਤੇਰਾ ਕੀਤਾ ਜਾਤੋ ਨਾਹੀਂ। ਬੋਲੋ ਜੀ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕੀਤੋਈ। ਇਹਨੂੰ ਕਿਤੋਈ ਨਹੀਂ ਪੜਨਾ, ਕੀਤੋਈ। ਮਾਲਕ ਜੀ, ਮੇਰੇ ਵਿੱਚ ਕੋਈ ਸਮਰੱਥਾ ਨਹੀਂ ਕਿ ਮੈਂ ਤੇਰੇ ਗੁਣ ਗਾ ਸਕਾਂ, ਮੇਰੇ ਵਿੱਚ ਕੋਈ ਸਮਰੱਥਾ ਨਹੀਂ ਮੈਂ ਤੇਰੀ ਬਾਣੀ ਉਚਾਰਨ ਕਰ ਸਕਾਂ। ਮਾਲਕ ਜੀ, ਇਸ ਕਾਰਜ ਦੇ ਯੋਗ ਤੁਸੀਂ ਮੈਨੂੰ ਕੀਤਾ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕੀਤੋ ਹੀ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓ ਹੀ। ਹੇ ਮਾਲਕ, ਮੇਰੇ ਵਿੱਚ ਕੋਈ ਗੁਣ ਨਹੀਂ ਸੀ, ਤੈਨੂੰ ਮੇਰੇ ਤੇ ਤਰਸ ਆਇਆ ਤੇ ਮੇਰੇ ਤੋਂ ਇਹ ਮਹਾਨ ਸੇਵਾ ਲੈ ਲਈ। ਜੇ ਸੇਵਾ ਮਿਲੀ ਹੈ, ਅਕਾਲ ਪੁਰਖ ਦਾ ਸ਼ੁਕਰ ਕਰਨਾ ਹੈ, ਧੰਨਵਾਦ ਕਰਨਾ ਹੈ। ਸਭ ਗੁਣ ਤੇਰੇ ਮੈਂ ਨਾਹੀਂ ਕੋਈ। ਬੋਲੋ ਜੀ, ਸਭ ਗੁਣ ਤੇਰੇ ਮੈਂ ਨਾਹੀਂ ਕੋਈ। ਮਾਲਕ ਜੀ, ਸਾਰੇ ਗੁਣ ਤੇਰੇ ਨੇ, ਮੇਰਾ ਕੋਈ ਵੀ ਨਹੀਂ। ਹੰਕਾਰ ਨਹੀਂ ਕਰਨਾ, ਮੈਂ ਸੇਵਾ ਕਰਦਾ। ਤੇ ਜੇ ਸੇਵਾ ਨਹੀਂ ਕਰਦੇ ਤੇ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ, ਮਾਲਕ ਜੀ ਕਿਰਪਾ ਕਰੋ, ਅਸੀਂ ਤੇਰੀ ਸੇਵਾ ਵਿੱਚ ਲੱਗ ਜਾਈਏ। ਕਿਉਂਕਿ ਗੁਰ ਜੈਸਾ ਨਾਹੀਂ ਕੋ ਦੇਵ। ਬੋਲੋ ਜੀ, ਗੁਰ ਜੈਸਾ ਨਾਹੀਂ ਕੋ ਦੇਵ। ਗੁਰੂ ਵਰਗਾ ਹੋਰ ਕੋਈ ਨਹੀਂ। ਦੁਨੀਆ ਦੇ ਅੰਦਰ ਬਥੇਰੇ ਨੇ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ, ਸੰਤ ਬਾਬੇ ਕਹਾਉਣ ਵਾਲੇ, ਆਪਣੇ ਆਪ ਨੂੰ ਮੱਥੇ ਟਿਕਾਉਣ ਵਾਲੇ, ਬੇਅੰਤ ਮਿਲ ਜਾਣਗੇ, ਪਰ ਗੁਰੂ ਵਰਗਾ ਕੋਈ ਨਹੀਂ। ਸਾਡਾ ਗੁਰੂ ਹੀ ਸਾਡੇ ਲਈ ਸਭ ਕੁਝ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਇੱਕ ਕਵਿਤ ਦੇ ਅੰਦਰ ਕੁਝ ਉਦਾਹਰਣਾਂ ਦੇ ਕੇ ਸਮਝਾਇਆ, ਕਹਿੰਦੇ ਜੈਸੇ ਆਂਬ ਕੀ ਸਦਰ, ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪੜੋਸੀ ਪਹਿ ਪਾਈਏ, ਸਾਗਰ ਕੀ ਨਿੱਧ ਕਤ ਪਾਈਏ, ਤਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਏ, ਇੰਦਰ ਵਰਖਾ ਸਮਾਨ ਪੁਜਸ ਨਾ ਕੂਪ ਜਾਲ, ਚੰਦਨ ਸੁਭਾਸ ਨਾ ਪਲਾਸ ਮਹਿਕਾਈਏ, ਸ਼੍ਰੀ ਗੁਰਦਿਆਲ ਕੀ ਦਇਆ ਨਾ ਆਣ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲੋ ਧਾਈਏ। ਕਹਿੰਦੇ ਜਿਵੇਂ ਅੰਬ ਖਾਣ ਦੀ ਕਿਸੇ ਨੂੰ ਭੁੱਖ ਹੋਵੇ ਨਾ, ਤੇ ਅੰਬਾਕੜੀਆਂ ਖਾ ਕੇ ਅੰਬਾਂ ਦੀ ਭੁੱਖ ਨਹੀਂ ਉਤਰਦੀ, ਭਾਵ ਕੱਚੇ ਅੰਬਾਂ ਦੇ ਵਿੱਚੋਂ ਅੰਬਾਂ ਵਾਲਾ ਸਵਾਦ ਨਹੀਂ ਆਉਂਦਾ ਅੰਬਾਕੜੀਆਂ ਦੇ ਵਿੱਚੋਂ, ਪਿਤਾ ਕੋ ਪਿਆਰ ਨਾ ਪੜੋਸੀ ਪਹਿ ਪਾਈਏ, ਪਿਤਾ ਵਾਲਾ ਪਿਆਰ ਕਿਸੇ ਗੁਆਂਢੀ ਕੋਲੋਂ ਨਹੀਂ ਮਿਲ ਸਕਦਾ, ਸਾਗਰ ਕੀ ਨਿੱਧ ਕੱਤ ਪਾਈਏ, ਤਾਂ ਪੋਖਰ ਸਹਿ, ਪੋਖਰ ਕਹਿੰਦੇ ਨੇ ਛੱਪੜ ਨੂੰ, ਭਲਿਆ ਜਿਹੜਾ ਖਜ਼ਾਨਾ ਸਾਗਰ ਵਿੱਚੋਂ ਸਮੁੰਦਰ ਵਿੱਚੋਂ ਮਿਲ ਸਕਦਾ, ਜੇ ਸਮੁੰਦਰ ਵਿੱਚੋਂ ਲੱਭੇ ਤੇ ਹੀਰੇ ਮੋਤੀ ਮਿਲ ਸਕਦੇ ਆ, ਤੇ ਜੇ ਬੰਦਾ ਸੋਚੇ ਮੈਂ ਪਿੰਡ ਵਾਲੇ ਛੱਪੜ ਵਿੱਚੋਂ ਉਹ ਹੀਰੇ ਮੋਤੀ ਲੱਭ ਲਾਂ ਤੇ ਨਹੀਂ ਲੱਭਦੇ। ਇਸ ਲਈ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਹੋਵੇ, ਚਿੱਕੜ ਡੁੱਬੇ ਹੱਥ। ਇੱਕ ਪਾਸੇ ਮਹਾਨ ਗਿਆਨ ਦਾ ਸਾਗਰ, ਗੁਰ ਸਾਗਰ ਰਤਨੀ ਭਰਪੂਰੇ। ਬੋਲੋ ਜੀ, ਗੁਰ ਸਾਗਰ ਰਤਨੀ ਭਰਪੂਰੇ। ਇੱਕ ਵਾਰੀ ਫਿਰ ਬੋਲੋ, ਗੁਰ ਸਾਗਰ ਰਤਨੀ ਭਰਪੂਰੇ। ਇੱਕ ਪਾਸੇ ਗੁਰੂ ਗਿਆਨ ਦਾ ਸਾਗਰ ਰਤਨਾਂ ਦੇ ਨਾਲ ਭਰਪੂਰ ਹੈ, ਪਿਓ ਦਾਦੇ ਕਾ ਖੋਲ ਰਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਬੋਲੋ ਜੀ, ਭਰੇ ਭੰਡਾਰ ਅਖੂਟ ਅਤੋਲ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇੱਕ ਪਾਸੇ ਮਹਾਨ ਖਜ਼ਾਨਾ ਹੈ, ਅਸੀਂ ਇਹਨਾਂ ਇਸ ਖਜ਼ਾਨੇ ਨੂੰ ਛੱਡ ਕੇ ਦੂਜੇ ਪਾਸੇ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਛੱਪੜਾਂ ਦੇ ਵਿੱਚੋਂ ਲੱਭਦੇ ਫਿਰਦੇ। ਤੋ ਸਤਿਗੁਰੂ ਜੀ ਵਚਨ ਕਰਦੇ, ਮਾਫ਼ ਕਰਨਾ, ਭਾਈ ਗੁਰਦਾਸ ਜੀ ਦਾ ਇਹ ਵਚਨ ਹੈ, ਕਹਿੰਦੇ ਸਾਗਰ ਕੀ ਨਿੱਧ ਕਤ ਪਾਈਏ, ਤਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਏ। ਦਿਨ ਕਰ ਦਾ ਅਰਥ ਹੈ ਸੂਰਜ, ਸੂਰਜ ਦੀ ਬਰਾਬਰੀ ਕੋਈ ਦੀਵਾ ਨਹੀਂ ਕਰ ਸਕਦਾ। ਸੂਰਜ ਦੀ ਬਰਾਬਰੀ ਦੀਵਾ ਕਿਵੇਂ ਕਰ ਲਏਗਾ? ਤੋ ਖੈਰ, ਇਸੇ ਤਰ੍ਹਾਂ ਇੱਕ ਪਾਸੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋ। ਇੱਕ ਪਾਸੇ ਗਿਆਨ ਦਾ ਸੂਰਜ, ਇੱਕ ਪਾਸੇ ਬੁਝੇ ਹੋਏ ਦੀਵੇ। ਉਹ ਦੀਵੇ ਅੱਜ ਸੂਰਜ ਦੀ ਬਰਾਬਰੀ ਕਰਨ ਦਾ ਯਤਨ ਕਰਦੇ। ਸਾਗਰ ਕੀ ਨਿੱਧ ਕੱਤ ਪਾਈਏ, ਤਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਏ, ਇੰਦਰ ਵਰਖਾ ਸਮਾਨ ਪੁਜਸ ਨਾ ਕੂਪ ਜਲ, ਚੰਦਨ ਸੁਭਾਸ ਨਾ ਪਲਾਸ ਮਹਿਕਾਈਏ। ਕਹਿੰਦੇ ਜਿਵੇਂ ਵਰਖਾ ਦੀ ਬਰਾਬਰੀ ਕੋਈ ਖੂਹ ਦਾ ਪਾਣੀ ਨਹੀਂ ਕਰ ਸਕਦਾ, ਜਿਵੇਂ ਰਿੰਡ ਦਾ ਰੁੱਖ ਚੰਦਨ ਦੀ ਬਰਾਬਰੀ ਨਹੀਂ ਕਰ ਸਕਦਾ, ਇਸੇ ਤਰ੍ਹਾਂ ਸ਼੍ਰੀ ਗੁਰਦਿਆਲ ਕੀ ਦਇਆ ਨਾ ਆਣ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਹਦੇ ਅਸਤ ਲੋ ਧਾਈਏ। ਭਾਵੇਂ ਖੰਡਾਂ ਬ੍ਰਹਿਮੰਡਾਂ ਦੇ ਅੰਦਰ ਪੂਰੀ ਦੁਨੀਆਂ ਦੇ ਅੰਦਰ ਲੱਭ ਕੇ ਦੇਖ ਲਾ, ਗੁਰੂ ਵਰਗਾ ਕੋਈ ਨਹੀਂ, ਗੁਰੂ ਵਰਗੀ ਬਖਸ਼ਿਸ਼ ਹੋਰ ਕਿਤੋਂ ਨਹੀਂ ਮਿਲ ਸਕਦੀ। ਭੱਟ ਸਾਹਿਬਾਨਾਂ ਨੇ ਖੋਜਿਆ ਸੀ, ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣ ਆਉਣ 'ਤੇ
पातशाह नूं कहिंदे मालक जी तेरी शरण विच आउण तों पहलां असीं एक साल तक वख-वख थावां ते लभिया, कोई सानूं तेरे वर्गा मिल जांदा, कोई सानूं रब नाल जोड़न वाला मिल जांदा, पर कहिंदे नहीं मिलिया। रहे हो संत हां टोल, साध बहुत तेरे डिठे, सन्यासी तपस्सी मुखो ए पंडित मिठे, बरस एक हो फिरियो किने नह परचो लायो, कहते कहती सुनी रहत को खुशी ना आयो। गल्लां करन वाले मिल गए पर मालिक जी तेरे वर्गी करनी वाला कोई नहीं मिलिया, तेरे वर्गा कोई नहीं मिलिया, असी एक साल तक लभ्या थां थां ते भटके, हुण तेरी शरण विच आए। डिठे सभे थाव नहीं तुद जेहिया, सारे बोलो जी डिठे सभे थाव नहीं तुद जेहिया। मालिक जी मैं सारिया थावां वेखियां, बहुत थावां ते लभ्या, पर तेरे वर्गा कोई डिठे सभे थाव नहीं तुद जेहिया, मालिक जी तेरे वर्गा और कोई नहीं। हां बलिहारी सतगुर पूरे, शरण के दाते बचन के सूरे, मेरा गुरु बचन दा सूरमा है, जो क्या ना मुख तो वो करके दिखाया, जो जो बचन पातशाह जी ने उच्चारण किते ने वो एक एक गल 1469 तो लेके 1708 ईस्वी तक 239 साल दा समा, एक एक बचन पातशाह जी ने जो जो किया वो करके दिखाया प्रैक्टिकल रूप दे विच। जे पातशाह ने किया ना सब मैं जोत, जोत है सोए तिस दा चानण, सब मैं चन होए, जे किया सब दे अंदर एक मालक दी जोत है, ते पातशाह जी ने वो कुछ करके दिखाया। भाई मरदाना जी नूं अपना साथी बनाया, दुनिया दे अंदर भ्रमण करदिआं उदासियां ते जांदिआं शब्द गुरु का प्रचार करदे आ, धन सतगुरु सच्चे पातशाह जी नाल भाई मरदाना जी। ते जे किसी ने पुछना पातशाह आ तेरे नाल कौन है, क्योंकि बाबे का रंग थोड़ा जा साफ है ते भाई मरदाने का रंग थोड़ा जा पक्का है, बाबा तू किसी उच्ची ज्यादा लगता है किसी नीवी ज्यादा लगता है, शंका करना पुछना बाबा तेरे नाल दा कौन है। इस तो पहला कि कोई होर गल कवे बाबे ने कहना यह मेरा भाई है, यह नहीं किया भी मेरा नौकर है, मेरा सेवादार है, मेरा सिख है, मेरा चेला है, यह नहीं किया, यह किया मेरा भाई है। सिख इतिहास के अंदर, गुर इतिहास के अंदर जेकर सब तो पहला किसी को भाई का खिताब मिले ना तो भाई मरदाना जी ने मिले, भाई मरदाना जी सतगुरु जी ने जो किया वह करके दिखाया। खैर मैं संखेप में बेनती करा, धन गुरु अर्जन साहब सच्चे पातशाह जी जदों बचन उच्चारण करते हैं तेरा किया मीठा लागे हर नाम पदार्थ नानक मांगे, जदों बचन उच्चारण करते उलाहनो मैं काहू ना दियो मन मीठ तुहारो कियो, मालक जी तेनू उलामा कोई नहीं, मैं तेरी हर गल नू हर घटना नू मिठी करके मनदा, तन मन काट काट सब अरपी विच अग्नि आप जलाई। जदों इदां दे बचन उच्चारण करते ना पातशाह जी तो साईं मियां मीर ने एक बारी पुछ लिया पातशाह जी आ जिहड़ियां तुसीं गल्लां करदे हो बाणी दे अंदर कि सचमुच इदां हो भी सकदा है कि केवल गल्लां ही ने, क्योंकि कई बारी बहुत गल्लां कीतियां जांदियां ने, वड्डियां वड्डियां गल्लां कर लईआं जांदियां ने, फुकरियां मारियां जांदियां ने, पर उदां हो नहीं सकदा। जिवें अज आपां देखदे आ विगड़े होए नौजवान ध्यान दे, अजे बनाया ते गुरु ने सिंघ सी, बनाया ते गुरु ने सिख सरदार सी, सिंघ बनाया सी, पर असी बन गए मडीर ध्यान दे। ते ओ कई बारी ना इदां दीआं गल्लां करदे, मैं तेरे लिए तारे तोड़ लियाऊं, ये की है फुकरी, हो तां नहीं सकदा इदां, मैं धरती मूधी कर दूं भी ये की है, ये फुकरियां ने, ये हो नहीं सकदा। ते साईं मियां मीर जी कहिंदे पातशाह जी ये जिहड़ियां तुसीं बाणी विच गल्लां करदे हो भी सचमुच इदां हो भी सकदा है जां केवल गल्लां ही ने। हुण सतगुरु सच्चे पातशाह जी कहिंदे जे तैनू असीं हुण गल्लां दे नाल समझाउण दा यतन कीता ते फिर भी तां गल्लां ही होणगियां, इसलिए कोई गल नहीं साईं मियां मीर हौसला रखो, एक दिन समा आएगा इन्हां गल्लां दे प्रैक्टिकल अर्थ होणगे। एक तां हुंदे स्टेजी अर्थ, शब्दी अर्थ जिवें मैं कर रही हां, ये बड़ा सौखा काम है, कोई बहुता औखा नहीं, पर सतगुरु सच्चे पातशाह ने एक एक बचन दे प्रैक्टिकल अर्थ करके दसे भी इंज हुंदा है। सतगुरु सच्चे पातशाह
और जो बचन कहे ना एक दिन वो समा आ गया जदों चंदू चंदरा चंद चढ़ाउण लगा लगा कहण के लोत पाओ छेती सूरज ला के पी के रेत ओदी अर्जन गुरु दे शीश विच पाओ छेती सतगुर आए तो हस के कहन लगे लोत पाउण दा तुसानू ढंग कोई नहीं जो शहीदी अज रंग मंगदी इस लोह विच जापदा रंग कोई नहीं। धन गुरु अर्जन साहब सच्चे पातशाह जी शहीदां दे सरताज जिन्हां तो बाद समुची कौम दे अंदर शहीदियां दी एक लम्मी लड़ी चल पई जिहड़ी अज तक भी मुक्कण विच नहीं आ रही। ओ महान सतगुर सच्चे पातशाह जी जे दरबार साहब दे अंदर बैठे ने संगतां के मत्था टेक रहियां ने तां वी उहदे भाणे विच राजी। एक गल चेते रखिया जे दुख वेले भाणे विच राजी उही रह सकदा है जिहड़ा सुख वेले भाणे विच रहिंदा है। सानूं ते भाणा ही उदों चेता आउंदा जदों दुख आ जांदा है फिर असीं कहिंदे रब दा भाणा ते सुख वेले सानूं भाणा भुल्लिया हुंदा है उदों क्यों नहीं भाणा। असीं दुख विच वी ते सुख विच वी उहदे भाणे विच रहिणा है। जे सुख दे ता तुझ है अराधी दुख पी तुझे त्याई जे भुख दे ता इत ही राजा दुख विच सुख मनाई। सुख वेले भी दुख वेले भी एक सार मिलता जिन्हां ने सुख वेले परमात्मा दे भाणे नूं मन्निया दुख वेले भी उही मनना जाणदे। सतगुर सच्चे पातशाह जी जे दरबार साहब दे अंदर बैठदे है संगतां के मत्था टेकदियां ने चढ़ावे चढ़ाउंदियां ने तां वी परमात्मा दे भाणे विच रहे ने। सो सिख सखा बंधप है भाई जे गुर के भाणे विच ही आवे। जिहड़ा गुरु आप कहिंदा मेरा सिख उह है जिहड़ा भाणे विच रहिंदा ते गुरु आप वी भाणे विच रह रिहा। भाव परमात्मा दे रब्बी हुक्म दे विच एक डिसिपलन दे विच एक मर्यादा दे विच रह रहे और जदों उह समा आ गया जदों तत्ती तवी ते बिठाया गया शीश विच गर्म रेता पाया गया रावी दे ठंडे पानी विच डबोया गया फिर भी कह रहे ने तेरा किया मीठा लग। सतगुरु सच्चे पातशाह जी प्रिंसीपल सतबीर सिंह ने धन गुरु अर्जन साहब सच्चे पातशाह जी का जीवन लिखिया बुक का नाम है प्रतख हर ते उहदी भूमिका दे विच बड़ा वधिया जिक्र कीता। कहिंदे उस वेले मौसम भी तत्ता है हवा भी तत्ती चलती है जिस लोह ते सतगुरु जी बैठे ने लोह भी तत्ती है शीश विच पाया जाण वाला रेता भी तत्ता है रेता पाउण वाला पड़पूंजा भी तत्ता है अग भी तत्ती सब कुछ तत्ता है चंदू भी तत्ता है जहांगीर भी तत्ता है इत्थों तक के साईं मियां मीर भी तत्ते हो गए पर इन्ने तत्तियां दे विच धन गुरु अर्जन साहब सच्चे पातशाह जी फिर भी ठंडे रहे। इन्ने तत्तियां दे विच किसी कवि ने बड़ा सोहना लिखा है कहते चारों तरफ आग वरसे सेक सी तन साड़दा छाले छाले हो गया जुस्सा सच्ची सरकार दा साईं मियां मीर आ हाल डिठा जद यार दा ओ हो व्याकल रोपिया चीकां ते ताही मारदा सतगुर हस के कहन लगे मियां छोड़ो प्रीति चाम से की होआ जे तन तप रहा हम शांत है हरि नाम से। की होया जे शरीर तप रहा तां अंदरों असीं शांत हां। कई बारी जो साडे नौजवान वीर जिन्हां ते तां गुरु की कृपा है गुरु का नाल बाणी नाल बाणे नाल जुड़े ने अपने इतिहास बारे जिन्हां नूं जानकारी है वधिया सेवा निभाउंदे ने उन्हां नूं पता है पर कई बार की हुंदा वी पिंडां दे विच नौजवान छबील ला लैंदे आ पर सानूं इह नहीं पता लगदा वी इहदा इतिहास की है इहदा मतलब की है और कसूर कितना कितने मेरे वर्गियां दा वी असीं नौजवानां नूं झिड़किया ते बहुत है पर दस्सिया कुछ भी नहीं। जिहड़ा बाप अपने बच्चे नूं सिर्फ झिड़कदा है दसदा नहीं समझाउंदा नहीं हाँ बच्चा समझाउण दे बावजूद गलती करे तो झिड़कना पैंदा पर जे केवल झिड़कदा ही रहे दसे कुछ ना तो फिर तो बच्चा विगड़ेगा ना। हुण असीं दस्सिया असीं भी कुछ नहीं। सतगुरु सच्चे पातशाह जी इन्ने भयानक समय दे विच गर्मियां दा मौसम है तत्ती लोह चलदी है तत्ती लोह ते बैठे है शीश विच गर्म रेता पाया जा रहा है सब पासे गर्मी का माहौल है चंदू दे अंदर भी गर्मी है जहांगीर दे अंदर भी गर्मी है पर इन्नी गर्मी दे विच इन्ने तत्तियां दे विच धन गुरु अर्जन साहब सच्चे पातशाह जी ठंडे ते मिठे रहे उस गुरु पातशाह जी दी शहीदी नूं समर्पित असी ठंडे ते मिठे जल दी छबील लाउणे आ क्योंकि मेरा गुरु इन्ने तत्तियां दे विच भी ठंडा ते मिठा रहा तत्ती तवी ते बैठ के कहिंदे ने तेरा किया मीठा लग। और भयानक तो भयानक समय विच भी सतगुरु सच्चे पातशाह जी परमात्मा दे भाणे विच राजी रह के विखाया किवें रहा जांदा उहदे भाणे विच राजी रह के विखाया और गुरु साहिबान
गुरु गोबिंद सिंह सच्चे पातशाह जी उन्होंने तो ध्यान दिया जे कि कुछ अपना सब कुछ वार दिता हसदा वसदा आनंदपुर का किला छड़ना पिया सरसा के कंडे ते परिवार विछड़ गया दो साहबजादे अखां दे सामने शहीद हो गए दो नूं नीयां विच चिण के शहीद कर दिता गया वो महान सतगुर सच्चे पातशाह जी सब कुछ वार के भी अपने वाल इशारा करके बड़े माण नाल कहिंदे ने इन पुत्रन के शीश पर वार दिए सुत चार चार मुए तो क्या हुआ जीवत कई हजार। और गुरु पातशाह जी ने तो भाणे विच सिदक विच रहना सिखाया ही है ना और गुरु के सिंघां ने भी भाणे विच रहना सिखाया जो जो कुछ पातशाही ने किया गुरु के सिंघां ने भी वह करके दिखाया। बाबा बंदा सिंह बहादुर ने जदों गुरदास नंगल की गढ़ी के विचों गिरफ्तार किया गया 700 सिंघां दे समेत दिल्ली लिजाया गया फरक्शर बादशाह दे पेश किया गया ते फरक्शर बादशाह ने एक ऐलान करवाया बाबा बंदा सिंह बहादुर ते नाल दे सारे साथी जेल के अंदर कैद ने पता है थोड़े कु दिनों नूं सानू मौत की सजा दी जाएगी सानू शहीद कर दिता जाएगा। और एक ऐलान करवाया फरक्शर बादशाह ने कि जिहड़ा सिंह इत्थे ये ऐलान करेगा कि मैं गुरु गोबिंद सिंह का सिख नहीं आ कृपान कड़ा कशहरा इत्थे ला देगा सिखी छड़ देगा उन्हू बिना शर्त रिहा कर दिता जाएगा। पर 700 सिंघां दे अंदर यह ऐलान किया गया सिंह हसदे ने ऐलान करन वाले दा मखौल उड़ाउंदे है और इतिहास इस गल दा गवाह है 700 सिंघां दे विच्चों एक ने भी अपनी जान बचाउण वास्ते नहीं किया कि मैं गुरु गोबिंद सिंह दा सिख नहीं वह महान गुरु के सिख 100-100 करके रोजाना सिंघां नूं शहीद किया जाता है लगातार शहीदियां चलदियां रहियां सारे सिंह शहीद हो गए अखीर ते इकले बाबा बंदा सिंह बहादुर बचे है। तो जो बाबा बंदा सिंह बहादुर शहीद कर लगे जलाद फिर कहिंदा कहिंदा हाले भी मौका है एक बारी फिर सोच ला एक बारी फिर सोच ला तेरे कोले हाले भी मौका है तू हाले भी अपनी जान बचा सकते हैं। कुछ साल पहला तू कड़ा सिख सी तू ते माधोदास बरागी सी वधिया तेरा डेरा चलता सी लोग चढ़ावे चढ़ाते वधिया भूता पाता कढ़न दा पखंड तो वधिया करदा सी तेरा वधिया डेरा चलता सी तैनू की लोड़ सी इहो जिहे पंगे चाउण दी हुण देख तेरे नाल दे भी सारे मार दिते असी उन्होंने तो मारना ही कहना ना आपां शहीद होना कहना कहिंदा देख तेरे नाल दे भी सारे मारते हुण तेरी वारी है। पर गुरु का सिंह कहिंदा सिर जावे तां जावे बोलो सिर जावे तां जावे मेरा सिखी सिदक ना जावे। वह जलाद कहिंदा चल ठीक है तू तो मर जाएगा तेनू तो असी कतल कर ही देना है तेनू तो शहीद कर देंगे पर तेरे सामने तेरे तो पहला तेरे बच्चे नूं शहीद करांगे। 4 साल का बच्चा बाबा बंदा सिंह बहादुर आ देख तेरे सामने तेरी अखां दे सामने आ तेरे बच्चे नूं मारांगे कि अपने बच्चे नूं मरदा वेख लेंगा कि अपने बच्चे नूं शहीद होंदा तक लेंगा। ते बाबा बंदा सिंह बहादुर कहिंदे मैं उस गुरु का सिख हाँ जिन्हें अपनी अखां दे सामने अपने सिंघां नूं अपने बच्चों नूं शहीद होंदे तकिया जिन्हें 4 वारे है मैं भी उस गुरु गोबिंद सिंह का पुत हाँ। तो मेरे गुरु ने कहा खालसा मेरो रूप है खास खालसे में हो करो निवास मैं उस गुरु का सिख जी मेरा गुरु अपनी अखां के सामने पुतां नूं शहीद होंदे तक सकता है जकारा छड़ के परमात्मा का शुकराना कर सकता है तो मैं भी उस गुरु का सिख मैं भी देख लांगा। बाबा बंदा सिंह बहादुर दी अखां के सामने 4 साल का बच्चा ते जलाद छाती दे विच छुरा मारदा बच्चे दा तड़फदा होया कालजा कढ के बाबा बंदा सिंह बहादुर दे मूंह विच पाउण दा यतन कीता खून दे फुहारे चले एक चुली भर के खून दी जलाद ने बाबा बंदा सिंह बहादुर दे मूंह ते छट्टा मारिया अखां दे सामने बाबा बंदा सिंह बहादुर दा बेटा बच्चा शहीद हो गया ते उच्ची आवाज विच बाबा बंदा सिंह बहादुर ने जकारा छड़िया जो उच्ची आवाज विच कहा ना बोले सोनिया हुण सिंह कट्ठे होण ते एक जना कहिंदा बोले सोनिया पिछों सारे कहिंदे सत श्री अकाल पर हुण बाबा बंदा सिंह बहादुर इकले ने
ਜਦੋਂ ਉੱਚੀ ਆਵਾਜ਼ ਵਿੱਚ ਕਿਹਾ ਬੋਲੇ ਸੋ ਨਿਹਾਲ ਤੇ ਆਪ ਹੀ ਪਿੱਛੋਂ ਕਿਹਾ ਸਤਿ ਸ਼੍ਰੀ ਅਕਾਲ। ਜਦੋਂ ਸਤਿ ਸ਼੍ਰੀ ਅਕਾਲ ਕਿਹਾ ਤੇ ਅੱਖਾਂ ਦੇ ਵਿੱਚ ਹੰਝੂ ਆ ਗਏ। ਗੱਲ ਜਿਗਰੇ ਨਾਲ ਸੁਣਿਓ, ਅੱਖਾਂ ਦੇ ਵਿੱਚ ਹੰਝੂ ਆ ਗਏ, ਗਲਾ ਭਰ ਆਇਆ। ਜਲਾਦ ਤਾੜੀ ਮਾਰ ਕੇ ਕਹਿੰਦਾ ਕਹਿੰਦਾ ਕਿਉਂ ਤੈਨੂੰ ਕਿਹਾ ਸੀ ਨਾ ਪੁੱਤਰ ਨੂੰ ਸ਼ਹੀਦ ਹੁੰਦੇ ਦੇਖਣਾ, ਕਿਤੇ ਨਿੱਕੀ ਜਿਹੀ ਗੱਲ ਹੈ। ਆ ਦੇਖ ਤੇਰੀ ਅੱਖਾਂ ਚ ਪਾਣੀ ਆ ਗਿਆ ਨਾ, ਤੂੰ ਤੇ ਕਹਿੰਦਾ ਸੀ ਮੈਂ ਚੜ੍ਹਦੀ ਕਲਾ ਵਿੱਚ ਆ, ਤੂੰ ਤੇ ਕਹਿੰਦਾ ਮੈਨੂੰ ਨੀ ਕੋਈ ਦੁੱਖ। ਆ ਦੇਖ ਤੇਰਾ ਗਲਾ ਭਰ ਆਇਆ, ਦੇਖ ਤੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਮੁਸਕਰਾ ਕੇ ਕਹਿੰਦੇ ਕਹਿੰਦੇ ਜਲਾਦਾ ਤੈਨੂੰ ਭੁਲੇਖਾ ਹੈ, ਤੈਨੂੰ ਭੁਲੇਖਾ ਹੈ, ਤੈਨੂੰ ਇਸ ਗੱਲ ਦਾ ਭੁਲੇਖਾ ਪੈ ਗਿਆ ਵੀ ਸ਼ਾਇਦ ਮੇਰੀਆਂ ਅੱਖਾਂ ਵਿੱਚ ਹੰਝੂ ਜਿਹੜੇ ਨੇ ਇਹ ਦੁੱਖ ਦੇ ਨੇ, ਬਰਾਗ ਦੇ ਨੇ। ਨਹੀਂ ਜਲਾਦਾ ਤੈਨੂੰ ਭੁਲੇਖਾ ਹੈ, ਤੈਨੂੰ ਪਤਾ ਹੋਣਾ ਚਾਹੀਦਾ ਕਈ ਕਈ ਵਾਰੀ ਨਾ ਅੱਖਾਂ ਵਿੱਚ ਹੰਝੂ ਖੁਸ਼ੀ ਦੇ ਵੀ ਆ ਜਾਂਦੇ ਆ, ਕਦੇ ਕਦੇ ਪਿਆਰ ਵਿੱਚ ਵੀ ਅੱਖਾਂ ਭਰ ਆਉਂਦੀਆਂ ਨੇ। ਉਹ ਜਲਾਦਾ ਤੈਨੂੰ ਭੁਲੇਖਾ ਹੈ, ਬਰਾਗ ਦੇ ਹੰਝੂ ਨੇ। ਉਹ ਜਲਾਦਾ ਹੈ ਤੇ ਪਿਆਰ ਦੇ ਹੰਝੂ ਨੇ। ਮੇਰਾ ਮਨ ਅੱਜ ਕਲਗੀਧਰ ਪਾਤਸ਼ਾਹ ਦੇ ਪਿਆਰ ਵਿੱਚ ਭਿੱਜ ਗਿਆ ਹੈ। ਮਾਲਕ ਜੀ ਤੁਸੀਂ ਕਿਹਾ ਹੀ ਨਹੀਂ ਖਾਲਸਾ ਮੇਰੇ ਰੂਪ ਹੈ ਖਾਸ, ਸੱਚਮੁੱਚ ਮੈਨੂੰ ਆਪਣੇ ਵਰਗਾ ਬਣਾ ਲਿਆ। ਬਾਜਾਂ ਵਾਲਿਆ ਜੇ ਤੂੰ ਆਪ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਤੱਕਿਆ ਨਾ, ਤੇ ਮੈਨੂੰ ਵੀ ਇੰਨਾ ਕੋਈ ਯੋਗ ਬਣਾ ਦਿੱਤਾ ਹੈ, ਮੈਂ ਵੀ ਆਪਣੇ ਬੱਚੇ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਤੱਕ ਲਿਆ। ਇਹ ਕਲਗੀਧਰ ਪਾਤਸ਼ਾਹ ਦੇ ਪਿਆਰ ਦੇ ਹੰਝੂ ਨੇ। ਜਲਾਦਾ ਤੈਨੂੰ ਭੁਲੇਖਾ ਵੀ ਸ਼ਾਇਦ ਵਿਰਾਗ ਦੇ ਹੰਝੂ ਨੇ। ਧਿਆਨ ਦਿਆ ਜੀ ਉਸ ਗੁਰੂ ਮਹਾਨ ਸਤਿਗੁਰ ਸੱਚੇ ਪਾਤਸ਼ਾਹ ਜੀ, ਹਉ ਬਲਿਹਾਰੀ ਸਤਿਗੁਰ ਪੂਰੇ ਸ਼ਰਨ ਕੇ ਦਾਤੇ ਬਚਨ ਕੇ ਸੂਰੇ। ਔਰ ਇੱਥੇ ਬਸ ਨਹੀਂ, ਆਪਾਂ ਬੀਬੀਆਂ ਨੂੰ ਵੀ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਉਹਨਾਂ ਨੂੰ ਵੀ ਯਾਦ ਕਰਦੇ ਹਾਂ। ਅਰਦਾਸ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਵੀ ਜਿਨ੍ਹਾਂ ਸਿੰਘਣੀਆਂ ਨੇ ਮੀਰ ਮਨੂ ਦੀ ਜੇਲ੍ਹ ਦੇ ਅੰਦਰ ਸਵਾ ਸਵਾ ਮਣ ਦੇ ਪਿਸਨੇ ਪਿਸੇ ਖੰਨਾ ਖੰਨਾ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਕਰਵਾ ਕੇ ਝੂਲੀਆਂ ਵਿੱਚ ਪਵਾਏ, ਆਂਦਰਾਂ ਦੇ ਹਾਰ ਗਲਾਂ ਵਿੱਚ ਪਵਾਏ, ਸੀਤ ਆਪਣੀ ਉਚਾਰਿਆ। ਤਿੰਨਾਂ ਸਿੰਘਾਂ ਸਿੰਘਣੀਆਂ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਉਹ ਮਹਾਨ ਬੀਬੀਆਂ, ਉਹ ਮਹਾਨ ਗੁਰੂ ਕੀਆਂ ਸਿੰਘਣੀਆਂ ਜਿਨ੍ਹਾਂ ਨੂੰ ਮੀਰ ਮਨੂ ਨੇ ਕੈਦ ਵਿੱਚ ਕਰ ਲਿਆ, ਕਿਸ ਗੱਲੋਂ? ਕਿਉਂਕਿ ਇਹ ਬੀਬੀਆਂ ਉਹਨਾਂ ਸਿੰਘਾਂ ਦੀਆਂ ਮਾਵਾਂ, ਭੈਣਾਂ, ਪਤਨੀਆਂ ਜਾਂ ਬੱਚੀਆਂ ਸਨ ਜਿਹੜੇ ਸਮੇਂ ਦੀ ਹਕੂਮਤ, ਜ਼ਾਲਮ ਹਕੂਮਤ ਦੇ ਨਾਲ ਹਥਿਆਰਬੰਦ ਯੁੱਧ ਕਰ ਰਹੇ ਸਨ। ਉਹਨਾਂ ਸਿੰਘਾਂ 'ਤੇ ਤਾਂ ਜ਼ੋਰ ਨਹੀਂ ਚੱਲਿਆ, ਉਹਨਾਂ ਸਿੰਘਾਂ ਦੇ ਘਰਾਂ ਵਿੱਚੋਂ ਬੀਬੀਆਂ, ਭੈਣਾਂ ਨੂੰ, ਮਾਈਆਂ ਨੂੰ, ਬੱਚੀਆਂ ਨੂੰ ਗ੍ਰਿਫਤਾਰ ਕਰਕੇ ਮੀਰ ਮਨੂ ਜੇਲ੍ਹ ਵਿੱਚ ਲੈ ਲਏ ਅਤੇ ਸਵਾ ਮਣ ਗਿੱਲਾ ਪੀਣ ਪੀਸਣ ਵਾਸਤੇ ਦਿੱਤਾ ਗਿਆ। ਹੁਕਮ ਸੀ ਚੱਕੀ ਲਗਾਤਾਰ ਚੱਲਣੀ ਚਾਹੀਦੀ ਹੈ, ਹੱਥ ਵਾਲੀ ਚੱਕੀ ਇਹ ਲਗਾਤਾਰ ਚੱਲਣੀ ਚਾਹੀਦੀ, ਚੱਕੀ ਰੁਕਣੀ ਨਹੀਂ ਚਾਹੀਦੀ। ਜੇਲ੍ਹ ਦਾ ਦਰੋਗਾ ਜਿਹਨੂੰ ਅੱਜ ਦੀ ਭਾਸ਼ਾ ਵਿੱਚ ਆਪਾਂ ਜੇਲ੍ਹ ਸੁਪਰਡੈਂਟ ਕਹਿੰਦੇ ਹਾਂ, ਉਹ ਹੱਥ ਵਿੱਚ ਛਾਂਟਾ ਲੈ ਕੇ ਬੀਬੀਆਂ ਦੇ ਆਸੇ ਪਾਸੇ ਆਪ ਪਹਿਰਾ ਦੇ ਰਿਹਾ, ਔਰ ਜਿਹੜੀ ਬੀਬੀ ਦੀ ਚੱਕੀ ਰੁਕਦੀ ਉਹਨੂੰ ਛਾਂਟੇ ਪੈਂਦੇ, ਚੱਕੀ ਰੁਕਣੀ ਨਹੀਂ ਚਾਹੀਦੀ। ਸਾਰਾ ਦਿਨ ਬੀਬੀਆਂ ਨੇ ਗਿੱਲਾ ਪੀਣ ਪੀਸਿਆ, ਬਾਹਾਂ ਸੁੱਜ ਗਈਆਂ, ਛਾਂਟੇ ਪਏ ਤੇ ਛਕਣ ਵਾਸਤੇ ਅੱਧੀ ਅੱਧੀ ਰੋਟੀ ਮਿਲੀ, ਫੱਟੜ ਪ੍ਰਸ਼ਾਦਾ। ਕੁਝ ਇਤਿਹਾਸਕਾਰ ਅੱਧੀ ਤੋਂ ਵੀ ਅੱਧੀ ਰੋਟੀ ਦਾ ਜ਼ਿਕਰ ਕਰਦੇ ਆ, ਤਾਂ ਖੈਰ ਛਕਣ ਵਾਸਤੇ ਥੋੜ੍ਹਾ ਥੋੜ੍ਹਾ ਪ੍ਰਸ਼ਾਦਾ ਮਿਲਿਆ, ਫੱਟੜ ਪ੍ਰਸ਼ਾਦਾ। ਅਤੇ ਉਹ ਵੀ ਬੀਬੀਆਂ ਵਿੱਚ ਕਿੰਨਾ ਸਿਦਕ ਹੈ, ਇੱਕ ਦੂਜੀ ਨੂੰ ਕਹਿੰਦੀਆਂ ਨੇ ਲੈ ਭੈਣ ਮੇਰੇ ਇਸ ਦਾ ਪ੍ਰਸ਼ਾਦਾ ਤੂੰ ਛਕ ਲੈ। ਕੋਈ ਨੌਜਵਾਨ ਭੈਣ ਆਪਣੀ ਬਜ਼ੁਰਗ ਮਾਤਾ ਨੂੰ ਕਹਿੰਦੀ ਹੈ ਸਤਿਕਾਰ ਵਜੋਂ, ਲਓ ਮਾਤਾ ਜੀ ਮੇਰੇ ਇਸ ਦਾ ਪ੍ਰਸ਼ਾਦਾ ਤੁਸੀਂ ਛਕ ਲਓ। ਉਹ ਕਹਿੰਦੇ ਨਹੀਂ ਧੀਏ, ਮੈਂ ਤੇ ਆਪਣੀ ਉਮਰ ਹੰਢਾਲੀ ਹੈ, ਤੇਰੇ ਤੇ ਜਵਾਨੀ ਹੈ, ਤੂੰ ਹਾਲੇ ਕੋਈ ਕੌਮ ਦੀ ਸੇਵਾ ਕਰ ਸਕਦੀ ਹੈ, ਲੈ ਧੀਏ ਮੇਰੇ ਇਸ ਦਾ ਪ੍ਰਸ਼ਾਦਾ ਵੀ ਤੂੰ ਛਕ ਲੈ। ਕਿਤੇ ਉਹ ਆਪਣੀ ਉਸ ਭੈਣ ਨੂੰ ਕਹਿੰਦੀ ਹੈ ਜਿਸ ਭੈਣ ਦੀ ਗੋਦ ਵਿੱਚ ਛੋਟਾ ਜਿਹਾ ਬੱਚਾ ਹੈ, ਲੈ ਭੈਣੇ ਆਪਣੀ ਖਾਤਰ ਨਹੀਂ ਘੱਟੋ ਘੱਟ ਇਸ ਬੱਚੇ ਦੀ ਖਾਤਰ ਆ ਪ੍ਰਸ਼ਾਦਾ, ਮੇਰੇ ਇਸ ਦਾ ਪ੍ਰਸ਼ਾਦਾ ਵੀ ਤੂੰ ਛਕ ਲੈ। ਅੱਜ ਤੇ ਸਮਾਂ ਹੋ ਰਿਹਾ ਨਾ, ਅੱਜ ਤੇ ਅਸੀਂ ਦੂਜੇ ਦੇ ਮੂੰਹ ਵਿੱਚੋਂ ਵੀ ਬੁਰਕੀ ਖੋਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹਦਾ ਹਿੱਸਾ ਵੀ ਮੈਨੂੰ ਮਿਲ ਜਾਵੇ। ਉਹ ਬੀਬੀਆਂ ਵਿੱਚ ਕਿੰਨਾ ਸਿਦਕ ਹੈ, ਇੱਕ ਦੂਜੇ ਨੂੰ ਕਹਿੰਦੀਆਂ ਨੇ ਲੈ ਭੈਣੇ ਮੇਰੇ ਇਸ ਦਾ ਪ੍ਰਸ਼ਾਦਾ ਤੂੰ ਛਕ ਲੈ। ਸਾਰਾ ਦਿਨ ਗਿੱਲਾ ਪੀਣ ਪੀਸਿਆ, ਬਾਹਾਂ ਸੁੱਜ ਗਈਆਂ, ਛਾਂਟੇ ਪਏ, ਛਕਣ ਵਾਸਤੇ ਫੱਟੜ ਪ੍ਰਸ਼ਾਦਾ ਮਿਲਿਆ, ਤੇ ਫਿਰ ਵੀ ਸ਼ੁਕਰ ਕਰਦਿਆਂ ਹੋਇਆਂ ਉਹਨਾਂ ਬੀਬੀਆਂ ਨੇ ਪ੍ਰਸ਼ਾਦਾ ਛਕਿਆ ਤੇ ਸ਼ਾਮ ਨੂੰ ਬਾਣੀ ਪੜ੍ਹੀ, ਰਹਿਰਾਜ ਸਾਹਿਬ ਦਾ ਪਾਠ ਕੀਤਾ, ਤੇ ਰਹਿਰਾਜ ਸਾਹਿਬ ਦੇ ਪਾਠ ਤੋਂ ਬਾਅਦ ਜੋ ਅਰਦਾਸ ਕੀਤੀ ਨਾ, ਤੇ ਅਰਦਾਸ ਦੇ ਬੋਲ ਸੀ ਸੱਚੇ ਪਾਤਸ਼ਾਹ ਤੇਰੇ ਭਾਣੇ ਦੇ ਵਿੱਚ ਚਾਰ ਪੈਰ ਦਿਨ ਸੁੱਖਾਂ ਦਾ ਬਤੀਤ ਹੋਇਆ। ਜੇਲ੍ਹ ਦੇ ਕਰਮਚਾਰੀ ਬੜੇ ਹੈਰਾਨ ਹੁੰਦੇ ਆ, ਕਿਸ ਮਿੱਟੀ ਦੀਆਂ ਬਣੀਆਂ ਨੇ ਬੀਬੀਆਂ, ਜੇਲ੍ਹ ਦੇ ਅੰਦਰ ਇਹ ਕੈਦ ਨੇ, ਕਿੰਨੀ ਇਹਨਾਂ ਨੂੰ ਸਜ਼ਾ ਮਿਲੀ, ਤਸੀਹੇ ਮਿਲ ਰਹੇ ਨੇ।
फिर भी कह रही ने कि सच्चे पातशाह तेरे भाने विच चार पैर दिन सुखां दा बतीत होया। रात पई उन्हां जलादां ने जिहड़ियां बीबियां दी गोद विच छोटे छोटे दुध चुंघदे बच्चे सी, मां दी गोद विचों बच्चा खोना, उन्हूं उपर नूं छुटना ते डिगदे होए बच्चे दे थले नेजा कर देना। मां दी अखां दे सामने बच्चा नेजे विच परोया गा, बच्चा तड़फ रिहा है। हुण जलाद पिछे नूं देखदा, जिस मां दा बच्चा नेजे ते टंगिया होया है वह मां ते गश हट डिग पई होनी है, वह ते धाहां मार के पिटदी होनी है, मेरा बच्चा नेजे ते टंगिया गया। पर जलाद वेख के हैरान हुंदा है, जिस मां दा बच्चा नेजे ते टंगिया है वह ते हथ जुड़ के कलगीधर पातशाह दा शुकराना कर रही है, कलगियां वालिया तेरा धन्नवाद है, तू मेरे छोटे जे बच्चे नूं शहीदी दी दात देती, मालक जी तेरा धन्नवाद है, तू मेरी बिनसनहार गोद विचों कढ के अपनी अबनासी गोद विच पालिया, कलगियां वालिया तेरा शुकर है, तेरा धन्नवाद है, तू मेरे छोटे जे बच्चे नूं अपने फतेह सिंह दा बेली बना लिया, बाजां वालिया तेरा धन्नवाद है। और इत्थे ही बस नहीं, उस बच्चे नूं नेजे तो लाया गया, मां दी अखां दे सामने बच्चे दे टोटे कीते गए और टोटे मां दी झोली विच पा दिते गए। इत्थे मैं थोड़ा जिहा रुक के एक बेनती करां, ਇਹ ਇਤਿਹਾਸ ਅਸੀਂ ਸੁਣਦੇ ਹਾਂ ਸਾਡੇ ਲੂ ਕੰਡੇ ਖੜੇ ਹੋ ਜਾਂਦੇ ਵੀ ਇੰਨੇ ਜ਼ਾਲਮ ਲੋਕ ਮਾਂ ਦੇ ਸਾਹਮਣੇ ਬੱਚੇ ਦੇ ਟੋਟੇ ਕਰ ਦਿੱਤੇ, ਟੋਟੇ ਝੋਲੀ ਵਿੱਚ ਪਾ ਦਿੱਤੇ, ਇਸ ਤੋਂ ਵੀ ਵੱਧ ਜ਼ੁਲਮ ਆ ਸਮੇਂ ਦੀਆਂ ਸਰਕਾਰਾਂ ਨੇ ਸਾਡੇ 'ਤੇ ਕੀਤਾ। ਉਸ ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ ਵੀ ਬੱਚੇ ਦੇ ਟੋਟੇ ਕਰਕੇ, ਬੱਚੇ ਦੇ ਟੋਟੇ ਮਾਂ ਦੀ ਝੋਲੀ ਵਿੱਚ ਪਾ ਦਿੱਤੇ। ਆ ਜਿਹੜੇ ਅੱਜ ਤੋਂ 20-25 ਸਾਲ ਪਹਿਲਾਂ ਕਿੰਨੇ ਨੌਜਵਾਨਾਂ ਦੇ ਟੋਟੇ ਕੀਤੇ ਗਏ, ਕਿੰਨਿਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਖਤਮ ਕਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਅੱਜ ਤੱਕ ਮਾਵਾਂ ਤੜਫਦੀਆਂ ਨੇ, ਸਾਨੂੰ ਟੋਟੇ ਹੀ ਦੇ ਦਿਓ, ਸਾਨੂੰ ਬੱਚੇ ਦੀ ਲਾਸ਼ ਹੀ ਦੇ ਦਿਓ, ਸਾਨੂੰ ਇਹ ਹੀ ਦੱਸ ਦਿਓ ਮੇਰਾ ਬੱਚਾ ਸ਼ਹੀਦ ਹੋ ਗਿਆ ਹੈਗਾ, ਜਿਉਂਦਾ ਜਾਂ ਮਰ ਗਿਆ, ਜੇ ਮਰ ਗਿਆ ਡੈਥ ਸਰਟੀਫਿਕੇਟ ਹੀ ਦੇ ਦਿਓ, ਅਸੀਂ ਲਾਸ਼ ਵੀ ਨਹੀਂ ਮੰਗਦੇ, ਅਸੀਂ ਬੱਚਾ ਵੀ ਨਹੀਂ ਮੰਗਦੇ, ਸਾਨੂੰ ਡੈਥ ਸਰਟੀਫਿਕੇਟ ਹੀ ਦੇ ਦਿਓ। KPS ਗਿੱਲ ਤੇ ਬਿਆਨਤ ਬੁੱਚੜ ਦੀ ਜੁੰਡਲੀ ਨੇ ਜੋ ਪੰਜਾਬ ਦੇ ਅੰਦਰ ਕਹਿਰ ਮਚਾਇਆ, ਕਿੰਨੇ ਨੌਜਵਾਨ ਅੱਜ ਤੱਕ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ, ਅੱਜ ਤੱਕ ਕਿੰਨੇ ਨੌਜਵਾਨਾਂ ਦਾ ਅੰਤਮ ਸੰਸਕਾਰ ਤੱਕ ਹੀ ਹੋਣਾ, ਅੰਤਮ ਅਰਦਾਸ ਵੀ ਨਹੀਂ ਹੋ ਸਕੀ, ਵੀ ਉਹਦੇ ਤੋਂ ਬਾਅਦ ਅਖੰਡ ਪਾਠ ਸਹਿਜ ਪਾਠ ਕਰਵਾ ਕੇ ਅਸੀਂ ਅੰਤਮ ਅਰਦਾਸ ਹੀ ਕਰਵਾ ਦਈਏ। ਤੋ ਖੈਰ, ਮੀਰ ਮਨੂ ਦੀ ਜੇਲ੍ਹ ਦੇ ਅੰਦਰ ਉਹ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੀਆਂ ਝੋਲੀਆਂ ਵਿੱਚ ਪਾ ਦਿੱਤੇ ਗਏ, ਆਂਦਰਾਂ ਦਾ ਹਾਰ ਬਣਾ ਕੇ ਗਲ ਵਿੱਚ ਪਾ ਦਿੱਤਾ ਗਿਆ। ਸਾਰੀ ਰਾਤ ਇਹ ਕਹਿਰ ਵਾਪਰਿਆ, ਦਿਨ ਚੜ੍ਹਿਆ, ਉਹਨਾਂ ਬੀਬੀਆਂ ਨੇ ਫਿਰ ਬਾਣੀ ਪੜ੍ਹੀ, ਫਿਰ ਨਿਤਨੇਮ ਕੀਤਾ, ਔਰ ਬਾਣੀ ਪੜ੍ਹਨ ਤੋਂ ਬਾਅਦ ਜਦੋਂ ਫਿਰ ਅਰਦਾਸ ਕਰਨ ਲੱਗੀਆਂ ਨਾ, ਜੇਲ੍ਹ ਦੇ ਕਰਮਚਾਰੀ ਨੇੜੇ ਹੋ ਕੇ ਸੁਣਦੇ ਵੀ ਹੁਣ ਦੇਖਦੇ ਹਾਂ ਕੀ ਅਰਦਾਸ ਕਰਦੀਆਂ ਨੇ। ਪਰ ਹੁਣ ਫਿਰ ਉਹੀ ਅਰਦਾਸ ਦੇ ਬੋਲ ਸੀ, ਸੱਚੇ ਪਾਤਸ਼ਾਹ ਤੇਰੇ ਭਾਣੇ ਦੇ ਵਿੱਚ ਚਾਰ ਪੈਰ ਦਿਨ, ਮਾਫ ਕਰਨਾ, ਚਾਰ ਪੈਰ ਰਾਤ ਸੁੱਖਾਂ ਦੀ ਬਤੀਤ ਹੋਈ ਹੈ, ਚਾਰ ਪੈਰ ਦਿਨ ਚੜ੍ਹਿਆ ਤੇਰੇ ਭਾਣੇ ਵਿੱਚ ਬਤੀਤ ਹੋਈ। ਅਸੀਂ ਉਸ ਸ਼ਾਨਾਮਤੀ ਇਤਿਹਾਸ ਦੇ ਵਾਰਸ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਕਿਹਾ, ਖੈਰ ਸਮਾਂ ਹੋ ਚੱਲਿਆ, ਹਾਂ ਬਲਿਹਾਰੀ ਸਤਿਗੁਰ ਪੂਰੇ, ਸ਼ਰਨ ਕੇ ਦਾਤੇ ਬਚਨ ਤੇ ਸੂਰੇ, ਜੋ ਜੋ ਕੁਝ ਪਾਤਸ਼ਾਹ ਜੀ ਨੇ ਕਿਹਾ ਉਹ ਕਰਕੇ ਦਿਖਾਇਆ। ਇੱਕ ਇੱਕ ਬਚਨ ਪਾਤਸ਼ਾਹ ਨੇ ਆਪਣੇ ਜੀਵਨ ਦੇ ਅੰਦਰ ਪ੍ਰੈਕਟੀਕਲ ਕੀਤਾ ਹੈ ਉਸ ਮਹਾਨ ਗੁਰੂ ਦੇ ਸਿੱਖਾਂ ਤੇ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸੋ ਬੇਨਤੀ ਹੈ, ਜਿਸ ਗੁਰੂ ਨੂੰ ਅਸੀਂ ਗੁਰੂ ਕਹਿੰਦੇ ਹਾਂ ਨਾ, ਅੱਜ ਅਸੀਂ ਸਿੱਖ ਕਹਾਉਣ ਵਾਸਤੇ ਤਿਆਰ ਹਾਂ, ਸਿੱਖ ਕਹਾਉਂਦੇ ਵੀ ਹਾਂ, ਸਿੱਖ ਦੱਸਣਾ ਵੀ ਚਾਹੁੰਦੇ ਹਾਂ, ਪਰ ਅਸੀਂ ਸਿੱਖ ਬਣਨਾ ਨਹੀਂ ਚਾਹੁੰਦੇ। ਵਿਰਲੇ ਗੁਰਮੁਖ ਪਿਆਰਿਆਂ ਨੂੰ ਛੱਡ ਕੇ ਅੱਜ ਸਾਡਾ ਜੀਵਨ ਕੇਵਲ ਵਿਖਾਵੇ ਦਾ ਰਹਿ ਗਿਆ, ਸਿੱਖੀ ਵਾਲੀ ਰਹਿਤ ਮਰਿਆਦਾ ਸਾਡੇ ਜੀਵਨ ਵਿੱਚ ਨਹੀਂ ਹੈ। ਕਹਾਉਂਦੇ ਅਸੀਂ ਜ਼ਰੂਰ ਸਿੱਖ ਹਾਂ, ਅਤੇ ਮਾਫ ਕਰਨਾ ਜੇ ਮੈਂ ਇਹ ਕਹਿ ਦਿਆਂ ਵੀ 100 ਵਿੱਚੋਂ 95 ਸਿੱਖ ਕਹਾਉਣ ਵਾਲਿਆਂ ਨੂੰ, ਇੱਕ ਬੇਨਤੀ ਅਸੀਂ ਨੋਟ ਕਰ ਲਿਆ ਜੇ, ਸਿੱਖ ਹੋਣਾ ਅਤੇ ਸਿੱਖ ਕਹਾਉਣਾ ਦੋਨਾਂ ਗੱਲਾਂ ਵਿੱਚ ਬੜਾ ਫਰਕ ਹੈ। ਮੈਂ ਸਿੱਖ ਕਹਾਉਣ ਵਾਲਿਆਂ ਦੀ ਗੱਲ ਕਰ ਰਿਹਾ, ਸਿੱਖ ਕਹਾਉਣ ਵਾਲਿਆਂ ਵਿੱਚੋਂ 95% ਸਿੱਖਾਂ ਨੂੰ ਇਹ ਨਹੀਂ ਪਤਾ ਸਾਡੇ ਗੁਰੂ ਦੀ ਸਿੱਖਿਆ ਕੀ ਹੈ, ਕਿਉਂਕਿ ਅਸੀਂ ਸਿੱਖਿਆ ਲੈਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ।
ਅਸੀਂ ਤਾਂ ਕਹਿੰਦੇ ਨਾ ਸਾਨੂੰ ਪੜ੍ਹਨ ਦੀ ਲੋੜ ਹੈ, ਨਾ ਸਾਨੂੰ ਸਿੱਖਣ ਦੀ ਲੋੜ ਹੈ, ਨਾ ਸਾਨੂੰ ਸੁਣਨ ਦੀ ਲੋੜ ਹੈ, ਆ ਸਾਡੇ ਕੋਲ ਵਧੀਆ ਕੰਮ ਚੱਲਿਆ ਵੀ ਬਾਬਾ ਜੀ ਤੁਸੀਂ ਭੇਟਾ ਜਮ੍ਹਾਂ ਕਰ ਲਓ ਸਾਡੇ ਤੋਂ, ਅਤੇ ਤੁਸੀਂ ਆਪੇ ਹੀ ਪੜ੍ਹ ਦਿਆ ਜੇ, ਆਪੇ ਹੀ ਪਾਠ ਕਰ ਦਿਆ ਜੇ, ਆਪੇ ਹੀ ਭੋਗ ਪਾ ਦਿਆ ਜੇ, ਅਤੇ ਮੇਰੇ ਤੋਂ ਭੇਟਾ ਲੈ ਲਓ, ਅਰਦਾਸ ਮੇਰੇ ਨਾਂ ਦੀ ਕਰ ਦਿਆ ਜੇ, ਅਤੇ ਫਲ ਮੈਨੂੰ ਮਿਲ ਜੇ। ਆਪ ਜੀ ਸਾਰੇ ਸਿਆਣੇ ਬੈਠੇ ਹੋ, ਕੀ ਬਾਣੀ ਦਾ ਫਲ ਰੁਪਈਆਂ ਨਾਲ ਖਰੀਦਿਆ ਜਾ ਸਕਦਾ? ਨਾ ਮੈਂ ਬਾਣੀ ਪੜ੍ਹੀ, ਨਾ ਮੈਂ ਬਾਣੀ ਸੁਣੀ, ਅਤੇ ਮੈਂ ਕਹਾਂ ਲਿਓ ਗਾਨੀ ਜੀ ਤੁਸੀਂ ਮੇਰੇ ਤੋਂ ਭੇਟਾ ਲੈ ਲਓ, ਜਿੰਨੀ ਬਾਣੀ ਤੁਸੀਂ ਪੜ੍ਹੋਗੇ, ਤੁਸੀਂ ਇੱਕ ਅਖੰਡ ਪਾਠ ਕਰੋ, ਤੁਸੀਂ ਇੱਕ ਸਹਿਜ ਪਾਠ ਕਰੋ, ਅਤੇ ਮੇਰੇ ਤੋਂ ਲੈ ਲਓ ਪੈਸੇ, ਬਾਣੀ ਤੁਸੀਂ ਪੜ੍ਹਨੀ ਹੈ, ਸੁਣਨੀ ਤੁਸੀਂ ਹੈ, ਮੈਂ ਨਹੀਂ ਸੁਣਨੀ, ਨਾ ਮੈਂ ਪੜ੍ਹਨੀ ਹੈ, ਤਾਂ ਭੇਟਾ ਮੇਰੇ ਕੋਲੋਂ ਲੈ ਲਓ ਅਤੇ ਮੇਰੇ ਨਾਂ ਦੀ ਅਰਦਾਸ ਕਰ ਦਿਆ ਜੇ ਵੀ ਸੱਚੇ ਪਾਤਸ਼ਾਹ ਜੀ ਆ ਪੜ੍ਹੀ ਸੁਣੀ ਬਾਣੀ ਦਾ ਫਲ ਆ ਫਲਾਣਾ ਸਿੰਘ ਨੂੰ ਦੇ ਦਿਓ। ਔਰ ਪਈਆਂ ਨਾਲ ਬਾਣੀ ਦਾ ਫਲ ਨਹੀਂ ਮਿਲਦਾ। ਪਾਤਸ਼ਾਹ ਜੀ ਤਾਂ ਬਚਨ ਕਰਦੇ ਆ, ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਬੋਲੇ। ਇੱਥੇ ਤਾਂ ਮਨ ਦੇਣਾ ਪੈਂਦਾ, ਮਨ ਵਿੱਚ ਹੈ ਸਤਿਗੁਰੂ ਕੈ ਪਾਸ। ਅਸੀਂ ਕਹਿੰਦੇ ਆਪੇ ਕਰੋ, ਬਾਬਾ ਜੀ ਤੁਸੀਂ ਪੜ੍ਹ ਦਿਓ। ਉਸ ਮਹਾਨ ਬਾਬੇ ਦਾ ਬਚਨ, ਧੰਨ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਪਾਤਸ਼ਾਹ ਜੀ ਆਪਾਂ ਜਪਜੀ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਹਾਂ, ਜੋ ਸਲੋਕ ਹੈ ਬਿਲਕੁਲ ਲਾਸਟ ਦੇ ਉੱਤੇ, ਕਿਹੜਾ ਸਿੱਖ ਜਿਹਨੂੰ ਯਾਦ ਨਹੀਂ? ਹਰ ਸਿੱਖ ਨੂੰ ਇਹ ਬਚਨ ਕੰਠ ਵੀ ਹੈ ਔਰ ਇਹਦੇ ਅਰਥ ਵੀ ਬੜੇ ਸੌਖੇ। ਸਾਰੇ ਪੜ੍ਹੋ, ਗੱਜ ਕੇ ਬੋਲਿਆ ਜੀ, ਪਵਨ ਗੁਰੂ ਪਾਣੀ ਪਿਤਾ। ਸਾਰੇ ਬੋਲੋ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤਮ ਹੱਥ ਦਿਵਸ ਰਾਤ ਦੋਏ, ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ। ਇੱਥੇ ਰੁਕ ਜਾਓ, ਅਸੀਂ ਤਾਂ ਇੰਨੀ ਸਪੀਡ ਨਾਲ ਪੜ੍ਹਦੇ ਹਾਂ ਪਤਾ ਹੀ ਨਹੀਂ ਲੱਗਦਾ ਬਾਬੇ ਨੇ ਕਿਹਾ ਕੀ। ਆ ਛੋਟਾ ਜਿਹਾ ਬੱਚਾ ਆਪਣਾ ਸਕੂਲ ਜਾਂਦਾ ਨਾ ਜਦੋਂ, ਅਤੇ ਸਕੂਲ ਤੋਂ ਵਾਪਸ ਆਉਂਦਾ ਨਾ ਜਦੋਂ, ਅਤੇ ਉਸ ਵੇਲੇ ਆਪਾਂ ਬੱਚੇ ਨੂੰ ਆ ਕੇ ਪੁੱਛੀਏ, ਬੇਟਾ ਅੱਜ ਅੱਜ ਕੀ ਪੜ੍ਹ ਕੇ ਆਇਆ ਤੂੰ, ਅੱਜ ਮੇਰਾ ਪੁੱਤ ਕੀ ਪੜ੍ਹ ਕੇ ਆਇਆ ਹੈ, ਅੱਜ ਮੇਰੀ ਬੇਟੀ ਕੀ ਪੜ੍ਹ ਕੇ ਆਈ ਆ, ਪੁੱਛਦੇ ਨਾ ਛੋਟੇ ਜਿਹੇ ਬੱਚੇ ਨੂੰ। ਹੁਣ ਛੋਟਾ ਜਿਹਾ ਬੱਚਾ ਜਿਹੜਾ ਸਕੂਲ ਪੜ੍ਹਨ ਵਾਸਤੇ ਗਿਆ ਸੀ, ਉਹ ਛੋਟਾ ਜਿਹਾ ਬੱਚਾ ਵੀ ਦੱਸ ਦਿੰਦਾ ਵੀ ਅੱਜ ਮੈਂ ਏ ਫਾਰ ਐਪਲ ਪੜ੍ਹਿਆ, ਅੱਜ ਮੈਂ ਊੜਾ ਊਠ ਪੜ੍ਹਿਆ, ਅੱਜ ਮੈਂ ਵਨ ਪੜ੍ਹਿਆ, ਇੱਦਾਂ ਜੋ ਵੀ ਪੜ੍ਹਦਾ। ਉਹ ਛੋਟਾ ਜਿਹਾ ਬੱਚਾ ਜੋ ਸਕੂਲੋਂ ਪੜ੍ਹ ਕੇ ਆਇਆ ਉਹ ਦੱਸ ਸਕਦਾ ਹੈ, ਪਰ ਕੀ ਸਿੱਖਾ ਤੂੰ ਦੱਸ ਦੇਗਾ ਜਦੋਂ ਤੂੰ ਜਪਜੀ ਸਾਹਿਬ ਦਾ ਪਾਠ ਕਰਕੇ ਹਟਿਆ, ਜੇ ਤੈਨੂੰ ਕੋਈ ਪੁੱਛੇ ਤੂੰ ਅੱਜ ਬਾਬੇ ਨਾਨਕ ਤੋਂ ਕੀ ਪੜ੍ਹਿਆ, ਤੂੰ ਸੁਖਮਨੀ ਸਾਹਿਬ ਦਾ ਪਾਠ ਕਰਕੇ ਹਟਿਆ, ਤੈਨੂੰ ਕੋਈ ਪੁੱਛੇ ਤੂੰ ਅੱਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੋਂ ਕੀ ਪੜ੍ਹਿਆ, ਤੂੰ ਦੱਸ ਸਕਦਾ ਮੇਰੇ ਗੁਰੂ ਨੇ ਮੈਨੂੰ ਕੀ ਸਿਖਾਇਆ? ਅਸੀਂ ਤਾਂ ਇੰਨੀ ਸਪੀਡ ਨਾਲ ਪਾਠ ਕਰਦੇ ਹਾਂ ਪਤਾ ਹੀ ਉਦੋਂ ਲੱਗਦਾ ਹੈ ਜਦੋਂ ਆਖਰੀ ਪੰਕਤੀਆਂ ਆ ਗਈਆਂ, ਜਿਹਨੀ ਨਾਮ ਤੇ ਆਇਆ ਗਏ ਮੈਂ ਸਤਕਾਲ ਨਾਨਕ ਤੇ ਮੁਖਜਲੇ ਕਦੇ ਛੁੱਟ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਹੋ ਗਿਆ ਪਾਠ, ਤੇ ਸਤਿਗੁਰੂ ਜੀ ਬਚਨ ਕਰਦੇ। ਹੁਣ ਆ ਪੰਕਤੀ ਧਿਆਨ ਨਾਲ ਸੁਣਿਓ, ਕਰਮੀ ਆਪੋ ਆਪਣੀ, ਬੋਲੋ ਜੀ ਸਾਰੇ, ਕਰਮੀ ਆਪੋ ਆਪਣੀ, ਮੇਰਾ ਬਾਬਾ ਕਹਿ ਰਿਹਾ ਹੈ, ਮੇਰੇ ਸਤਿਗੁਰੂ ਜੀ ਬਚਨ ਕਰ ਰਹੇ ਹੈ, ਕਰਮੀ ਆਪੋ ਆਪਣੀ। ਕਿਸੇ ਦਾ ਪੜ੍ਹਿਆ ਹੋਇਆ ਨਹੀਂ ਕਿਸੇ ਨੂੰ ਮਿਲਦਾ। ਹਾਂ, ਆਪਾਂ ਇਹ ਨਾ ਕਿਹਾ ਕਰੀਏ ਵੀ ਬਾਬਾ ਜੀ ਮੇਰੇ ਨਾਂ ਤੇ ਪਾਠ ਕਰ ਦਿਓ, ਜਾਂ ਪਾਠ ਕਰ ਦਿਓ ਜੀ, ਜਾਂ ਅਸੀਂ ਪਾਠ ਕਰਾਉਣਾ ਹੈ ਨਾ, ਪਰ ਥੋੜ੍ਹਾ ਜਿਹਾ ਆਪਾਂ ਚੇਂਜ ਕਰ ਲਈਏ, ਇਹ ਕਹੀਏ ਗਿਆਨੀ ਜੀ ਮੈਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ। ਪਹਿਲੀ ਗੱਲ ਤਾਂ ਹਰ ਸਿੱਖ ਆਪ ਬਾਣੀ ਪੜ੍ਹੇ, ਨਹੀਂ ਪੜ੍ਹਨੀ ਆਉਂਦੀ ਤਾਂ ਆਪਾਂ ਗਿਆਨੀ ਜੀ ਨੂੰ ਕਹੀਏ, ਗਿਆਨੀ ਜੀ ਸਾਨੂੰ ਤਾਂ ਪੜ੍ਹਨੀ ਨਹੀਂ ਆਉਂਦੀ, ਤੁਸੀਂ ਕਿਰਪਾ ਕਰਕੇ ਸਾਨੂੰ ਬਾਣੀ ਪੜ੍ਹ ਕੇ ਸੁਣਾਓ। ਬਾਬਾ ਜੀ ਮੇਰੇ ਗੁਰੂ ਦੇ ਬਚਨ ਪੜ੍ਹ ਕੇ ਸੁਣਾਓ ਸਾਨੂੰ, ਤੁਸੀਂ ਮਹਾਰਾਜ ਦਾ ਸਰੂਪ ਮੇਰੇ ਘਰੇ ਲੈ ਕੇ ਆਓ, ਨਾਲੇ ਅਸੀਂ ਸਤਿਕਾਰ ਕਰਾਂਗੇ, ਸੇਵਾ ਕਰਾਂਗੇ, ਤੁਸੀਂ ਬਾਣੀ ਪੜ੍ਹਿਆ ਜੇ ਅਤੇ ਮੈਂ ਕੋਲੇ ਬੈਠ ਕੇ ਸੁਣਾਂਗਾ। ਇੱਕ ਆਖਰੀ ਬੇਨਤੀ ਬਸ ਕਹਿ ਕੇ ਮੈਂ ਉਸ ਤੋਂ ਬਾਅਦ ਸਮਾਪਤੀ ਕਰਨੀ ਹੈ। ਅੱਜ ਬੜਾ ਕੁਝ ਸਾਡੇ ਸਮਾਜ ਵਿੱਚ, ਮਾਫ ਕਰਨਾ, ਵੰਡੀਆਂ ਪੈ ਗਈਆਂ। ਮੇਰੇ ਖਿਆਲ 'ਚ ਜਿੰਨੇ ਤਰ੍ਹਾਂ ਦੇ ਸਿੱਖ ਉਨੇ ਤਰ੍ਹਾਂ ਦੀਆਂ ਮਰਿਆਦਾਵਾਂ, ਜਾਂ ਇਉਂ ਕਹਿ ਲਓ ਜਿੰਨੇ ਬਾਬੇ ਉਨੀਆਂ ਸੰਪਰਦਾਵਾਂ ਉਨੀਆਂ ਹੀ ਮਰਿਆਦਾਵਾਂ। ਹਰੇਕ ਦੀ ਆਪੋ ਆਪਣੀ ਮਰਿਆਦਾ, ਕੋਈ ਕਿਸੇ ਇੱਦਾਂ ਕਰਨਾ ਪਾਠ, ਕੋਈ ਕਹਿੰਦਾ ਇੱਦਾਂ ਕਰਨਾ, ਸਹਿਜ ਪਾਠ ਦੀ ਆ ਮਰਿਆਦਾ, ਅਖੰਡ ਪਾਠ ਦੀ ਆ ਮਰਿਆਦਾ, ਹਰੇਕ ਡੇਰੇ ਦੀ, ਹਰੇਕ ਬਾਬੇ ਦੀ ਆਪਣੀ ਆਪਣੀ ਮਰਿਆਦਾ, ਹਰੇਕ ਸੰਪਰਦਾ ਦੀ ਆਪਣੀ ਆਪਣੀ ਮਰਿਆਦਾ, ਕੋਈ ਕਹਿੰਦਾ ਇੰਜ ਕਰਨਾ, ਕੋਈ ਕਹਿੰਦਾ ਇੰਜ ਕਰਨਾ। ਪਰ ਮੈਂ ਇੱਕ ਬੇਨਤੀ ਕਰਨ ਲੱਗਾ, ਤੁਸੀਂ ਸੱਚੇ ਦਿਲ ਦੇ ਨਾਲ ਇਹਦੀ ਵਿਚਾਰ ਆਪਣੇ ਅੰਦਰ ਕਰਿਆ ਜੇ ਕਿ ਸੱਚਮੁੱਚ ਇਹ ਮਰਿਆਦਾ ਨਹੀਂ ਹੋਣੀ ਚਾਹੀਦੀ, ਇੱਕੋ ਹੀ ਮਰਿਆਦਾ ਹੈ ਬਸ, ਔਰ ਬੜੀ ਸੌਖੀ ਮਰਿਆਦਾ ਹੈ, ਅਖੰਡ ਪਾਠ ਸਹਿਜ ਪਾਠ ਕਰਾਉਣ ਦੀ ਇੱਕੋ ਹੀ ਮਰਿਆਦਾ ਹੈ, ਗ੍ਰੰਥੀ ਸਿੰਘ ਬਾਣੀ ਪੜ੍ਹੇ ਅਤੇ ਪਰਿਵਾਰ ਕੋਲੇ ਬੈਠ ਕੇ ਸੁਣੇ, ਬਸ ਇੰਨੀ ਮਰਿਆਦਾ ਜੀ। ਅਸੀਂ ਤਾਂ ਸਾਰਾ ਜ਼ੋਰ ਧੂਫਾਂ 'ਤੇ ਲਾ ਦਿੰਦੇ ਹਾਂ, ਅਸੀਂ ਤਾਂ ਸਾਰਾ ਜ਼ੋਰ ਹੋਰ ਹੀ ਪਾਸੇ ਲਾ ਦਿੰਦੇ ਹਾਂ, ਅਸੀਂ ਕੋਲੇ ਬੈਠ ਕੇ ਬਾਣੀ ਸੁਣੀਏ,
ਗ੍ਰੰਥੀ ਸਿੰਘ ਬਾਣੀ ਪੜ੍ਹ ਰਿਹਾ ਉਹਨੂੰ ਪੜ੍ਹਨ ਦਾ ਫਲ ਤੇ ਸਾਨੂੰ ਸੁਣਨ ਦਾ ਫਲ, ਕਿਉਂਕਿ ਕਰਮੀ ਆਪੋ ਆਪਣੇ। ਸਾਰੇ ਬੋਲੋ ਜੀ, ਕਰਮੀ ਆਪੋ ਆਪਣੇ। ਤੋ ਜਿਸ ਗੁਰੂ ਦੇ ਅਸੀਂ ਸਿੱਖ ਹਾਂ ਉਸ ਗੁਰੂ ਦੇ ਬਚਨ ਵੀ ਆਪਣੇ ਹਿਰਦੇ ਵਿੱਚ ਵਸਾਈਏ। ਉਹਦੇ ਵਾਸਤੇ ਜ਼ਰੂਰੀ ਹੈ ਅਸੀਂ ਆਪ ਪੜ੍ਹਨਾ ਸ਼ੁਰੂ ਕਰੀਏ, ਆਪ ਸੁਣਨਾ ਸ਼ੁਰੂ ਕਰੀਏ। ਸਤਿਗੁਰੂ ਜੀ ਰਹਿਮਤ ਕਰਨ, ਇੰਨੀ ਹਾਜ਼ਰੀ ਪ੍ਰਵਾਨ ਕਰਿਆ ਜੇ। ਵਿਚਾਰਾਂ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁਲਾ ਰਹਿ ਜਾਣੀਆਂ ਸੁਭਾਵਕ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਅਤੇ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ ਜੀ। ਸਾਰੀ ਸੰਗਤ ਦਾ ਬਹੁਤ ਧੰਨਵਾਦ, ਆਪ ਜੀ ਨੇ ਸਮਾਂ ਕੱਢਿਆ, ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਮਤ ਵਿਚਾਰਾਂ ਸ਼੍ਰਵਣ ਕੀਤੀਆਂ ਨੇ। ਸਮੁੱਚੇ ਸੇਵਾਦਾਰ ਵੀਰਾਂ ਦਾ, ਸਾਰੇ ਪ੍ਰਬੰਧਕ ਵੀਰਾਂ ਦਾ, ਜੋ ਬਾਬਾ ਬੁੱਢਾ ਜੀ ਗੁਰਮਤਿ ਵਿਦਿਆਲਾ ਅਤੇ ਆਸੇ ਪਾਸੇ ਤੋਂ ਵੀ ਹੋਰ ਵਿਦਿਆਲੇ ਦੇ ਸਿੰਘ ਪਹੁੰਚੇ ਨੇ, ਸਾਰੇ ਸੇਵਾਦਾਰ ਵੀਰਾਂ ਦਾ, ਸਾਰਿਆਂ ਦਾ ਬਹੁਤ ਧੰਨਵਾਦ। ਸਭ ਤੋਂ ਵੱਧ ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਆਪਾਂ ਸਾਰੇ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ। ਭੁੱਲਾ ਚੁੱਕਾਂ ਦੀ ਖਿਮਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।